ਕੀ ਸਾਰਾ ਮਾਮਲਾ ਜਿਹੜੀ ਆ ਜੀ? ਇਹ ਸਰ ਅੱਜ ਤੁਹਾਨੂੰ ਤਕਲੀਫ ਤਾਂ ਦਿੱਤੀ ਆ ਕਿ ਕਾਫੀ ਦੇਰ ਤੋਂ ਕਾਫੀ ਇਨਪੁੱਟਸ ਆ ਰਹੀਆਂ ਸੀ ਕਿ ਇਲੈਕਸ਼ਨਾਂ ਦੇ ਦੌਰ 'ਚ ਇਲੈਕਸ਼ਨਾਂ ਚੱਲਣ ਕਰਕੇ ਬਾਹਰਲੀਆਂ ਸਟੇਟਾਂ ਤੋਂ ਚੰਡੀਗੜ੍ਹ ਤੋਂ ਕਾਫੀ ਨਜਾਇਜ਼ ਸ਼ਰਾਬ ਜਿਹੜੀ ਹੈ ਉਹ ਕਮਿਸ਼ਨਰੇਟ ਸਿਟੀ ਅੰਮ੍ਰਿਤਸਰ ਦੇ ਵਿੱਚ ਅਤੇ ਜਿੰਨੇ ਵੀ ਅਡਜਾਈਨਿੰਗ ਏਰੀਆ 2 ਨੰਬਰ ਦੀ ਸ਼ਰਾਬ ਜਿਹੜੀ ਆ ਉਹ ਵੱਖ ਵੱਖ ਪਾਰਟੀਆਂ ਲਿਆ ਕੇ ਇੱਥੇ ਜਿਹੜੀਆਂ ਉਹ ਸੇਲ ਕਰਦੀਆਂ, ਜਿਹਦੇ 'ਚ ਉਹਨਾਂ ਕੋਲ ਇਹਦੀ ਬਿਲਿੰਗ ਵੀ ਨਹੀਂ ਹੁੰਦੀ ਔਰ ਹੋ ਸਕਦਾ ਕਿ ਉਹ ਸ਼ਰਾਬ ਜਿਹੜੀ ਆ ਸਹੀ ਆ ਜਾਂ ਨਜਾਇਜ਼ ਆ ਜਾਂ ਉਹ ਕੋਈ ਮੈਨੂਫੈਕਚਰਡ ਆ ਕੋਈ। ਸੋ ਉਹਦੇ ਤਹਿਤ ਸਾਡੇ ਕਾਫੀ ਦੇਰ ਤੋਂ ਜਿਹੜੀਆਂ ਇਨਪੁੱਟਸ ਆ ਰਹੀਆਂ ਸੀ, ਸੋ ਰਾਤ ਤੋਂ ਹੀ ਸਾਡੇ ACP ਸਾਹਿਬ ਸ਼੍ਰੀ ਬਵਨਿਓ ਜੀ ਈਸਟ ਦੇ ਅਤੇ SHO ਸਾਹਿਬ ਅਤੇ ਹੋਰ ਜਿੰਨਾ ਸਾਡਾ ਹੈਗਾ ਸਟਾਫ ਅਮਲਾ ਫੈਲਾ ਅਫਸਰ, ਸੋ ਸਪੈਸੀਫਿਕ ਇਨਪੁੱਟ ਆਈ ਡਿਊਰਿੰਗ ਡਾਕਾ ਦੌਰਾਨ ਕਿ ਕੋਈ ਟਰੱਕ ਹੈ ਜਿਹੜਾ ਉੱਥੋਂ ਚੰਡੀਗੜ੍ਹੋਂ ਲੈ ਕੇ ਚੱਲਦਾ ਅਤੇ ਉਹਨਾਂ ਨੇ ਕੋਈ ਟਾਈਮ ਵੀ ਆਊਟ ਜਿਹਾ ਰੱਖਿਆ ਹੋਇਆ ਜਿਹੜਾ ਰਾਤ ਨੂੰ ਚੱਲਦਾ ਔਰ ਸਵੇਰੇ ਅਰਲੀ ਮੋਰਨਿੰਗ ਜਾਂ ਸਵੇਰ 'ਤੇ ਆ ਕੇ ਜਿਹੜਾ ਇੱਥੇ ਕਿਸੇ ਗਡਾਊਨ 'ਚ ਜਾਂ ਇੱਥੇ ਸ਼ਹਿਰ ਦੇ ਵਿੱਚ ਸਪਲਾਈ ਕਰਦਾ। ਸੋ ਸਵੇਰੇ ਨਾਕਾ ਲਗਾਇਆ ਹੋਇਆ ਸੀ ਸਾਡੇ ਮਕਬੂਲਪੁਰੇ ਥਾਣੇ ਦੀ ਟੀਮ ਨੇ SHO ਦੀ ਬਾਈ ਹੇਠ ਅਤੇ ਇਨਪੁੱਟ ਜਿਹੜੀ ਔਥੈਂਟਿਕ ਸੀ ਔਰ ਉਹਦੇ ਤਹਿਤ ਜਿਹੜਾ ਹੈ ਉਹ ਟਰੱਕ ਜਿਹੜਾ ਹੈ ਨਾਕੇ 'ਤੇ ਜਿਹੜਾ ਉਹਨੂੰ ਰੋਕਿਆ ਔਰ ਰੁਕ ਕੇ ਜਦੋਂ ਚੈੱਕ ਕੀਤਾ ਉਹ ਖਾਲੀ ਮਿਲਿਆ। ਜਦੋਂ ਕਿਉਂਕਿ ਸੋਰਸ ਦੀ ਇਨਪੁੱਟ ਬੜੀ ਔਥੈਂਟਿਕ ਔਰ ਬੜੀ ਪਰਿਪੱਕ ਸੀ ਔਰ ਚੰਗੀ ਤਰ੍ਹਾਂ ਜਦੋਂ ਵੇਖਿਆ ਤਾਂ ਉਹਦੇ ਇਨ ਬਿਟਵੀਨ ਡਰਾਈਵਰ ਔਰ ਪਿਛਲੇ ਬਾਡੀ ਦੇ ਇਨ ਬਿਟਵੀਨ ਇੱਕ ਲੁਕਣਗਾਹ ਇੱਕ ਕੈਵਿਟੀ ਜਿਹੜੀ ਆ ਉਹ ਬਣੀ ਹੋਈ ਸੀ ਔਰ ਜਦੋਂ ਉਹ ਚੈੱਕ ਕੀਤੀ ਤਾਂ ਉਹਦੇ ਵਿੱਚ ਜਿਹੜੀ ਆ ਸ਼ਰਾਬ ਦੀਆਂ ਵੱਖ ਵੱਖ ਬ੍ਰੈਂਡਡ ਦੀਆਂ ਅੰਗਰੇਜ਼ੀ ਦੀਆਂ ਕਾਫੀ ਚੰਗੀ ਸ਼ਰਾਬ ਜਿਹੜੀ ਹੁੰਦੀ ਆ ਮਹਿੰਗੀ ਸ਼ਰਾਬ ਉਹਦੀਆਂ ਜਿਹੜੀਆਂ ਪੇਟੀਆਂ ਉਹਦੇ 'ਚ ਮਿਲੀਆਂ। ਸੋ ਉਹਨਾਂ ਨੂੰ ਕੱਢ ਕੇ ਗਿਣਿਆ ਗਿਆ ਔਰ ਕੱਢ ਕੇ ਅਤੇ ਬਕਾਇਦਾ ਉਹਦੀ ਕਾਨੂੰਨੀ ਕਾਰਵਾਈ ਤਹਿਤ ਜ਼ਾਬਤੇ ਤਹਿਤ ਜਿਹੜਾ ਹੈ ਸਾਰੀ ਕਾਰਵਾਈ ਅਮਲ 'ਚ ਲਿਆਂਦੀ ਗਈ। ਮੌਕੇ 'ਤੇ ਜਿਹੜਾ ਹੈ ਉਹ ਡਰਾਈਵਰ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ, ਸੰਤੋਖ ਸਿੰਘ ਉਹਦਾ ਨਾਮ ਹੈ ਔਰ ਉਹ ਰਹਿਣ ਵਾਲਾ ਇੱਥੋਂ ਦਾ ਹੈ ਗਵਾਲ ਮੰਡੀ ਦਾ। ਜਦੋਂ ਉਹਦੀ ਸਰਸਰੀ ਪੁੱਛਗਿੱਛ ਪ੍ਰਲਿਮੀਨਰੀ ਪੁੱਛਗਿੱਛ ਕੀਤੀ ਗਈ ਅਤੇ ਉਹਨੇ ਪੁੱਛਗਿੱਛ 'ਚ ਦੱਸਿਆ ਵੀ ਮੈਂ ਪਿਛਲੇ 2-3 ਮਹੀਨੇ ਤੋਂ ਜਿਹੜਾ ਹੈ ਇਹ ਕੰਮ ਕਰ ਰਿਹਾ ਅਤੇ ਮੈਂ ਟਰੱਕ ਲੈ ਕੇ ਜਾਂਦਾ, ਮੈਨੂੰ ਜਿਹੜੇ ਹੈ ਉਹ ਕੋਈ 2-2.5 ਹਜ਼ਾਰ ਰੁਪਈਆ ਪਰ ਗੇੜੇ ਦਾ, ਮੈਂ ਸ਼ਾਮ ਨੂੰ ਜਾਂਦਾ ਔਰ ਸਵੇਰੇ ਆ ਜਾਣਾ, 2-2.5 ਹਜ਼ਾਰ ਰੁਪਈਆ ਪਰ ਗੇੜੇ ਦਾ ਜਿਹੜਾ ਉਹ ਜਿਹੜਾ ਮੁਲਜ਼ਮ ਹੈ ਜਿਹੜਾ ਉਹਦੇ ਸਕੇਪ ਹੈ ਇਹ ਹੈਗਾ ਰੋਹਿਤ ਕੁਮਾਰ ਪੁੱਤਰ ਕਮਲ ਕੁਮਾਰ, ਇਹ ਫਰਮ ਹੈ ਠੇਕੇਦਾਰ ਹੈ ਇਹ ਜਿਹੜਾ ਹੈ ਉੱਥੋਂ ਬਿਨਾਂ ਬਿੱਲਾਂ ਦੇ ਅਤੇ ਬਿਨਾਂ ਹੀ ਕਿਸੇ ਟੈਕਸ ਦੇ ਚੰਡੀਗੜ੍ਹੋਂ ਜਿਹੜੇ ਸ਼ਰਾਬ ਲਿਆ ਕੇ ਅਤੇ ਇੱਥੇ ਜਿਹੜਾ ਉਹ ਮਹਿੰਗੇ ਰੇਟ 'ਤੇ ਵੇਚਦਾ। ਸਰ ਕਿੰਨੀਆਂ ਪੇਟੀਆਂ ਜਿਹੜੀਆਂ ਔਰ ਇਹਦੇ ਸੋਰੀ ਮੈਂ ਤੁਹਾਨੂੰ ਡਿਪਟ ਕਰ ਲਿਆ ਔਰ ਫਿਰ ਇਹਦੀ ਪੁੱਛਗਿੱਛ ਕੀਤੀ ਗਈ ਵੀ ਤੂੰ 3 ਮਹੀਨੇ ਅਤੇ 3 ਮਹੀਨੇ ਤੋਂ ਪਹਿਲਾਂ ਕਿੱਥੇ ਸੀ ਜਾਂ ਕੀ ਕਰਦਾ ਰਿਹਾ। ਇਸ ਨੇ ਦੱਸਿਆ ਕਿ 3 ਮਹੀਨੇ ਤੋਂ ਪਹਿਲਾਂ ਮੈਂ ਕੋਈ 1.5 ਸਾਲ ਕੋਈ ਰਾਜਕੁਮਾਰ ਐਲੀਅਸ ਬੱਬਾ ਹੈਗਾ ਉਹਦੇ ਨਾਲ ਕਹਿੰਦਾ ਲੱਗਾ ਸੀ ਅਤੇ ਸੇਮ ਕੰਮ ਜਿਹੜਾ ਉਹਦੇ ਨਾਲ ਵੀ ਇਹ ਮੈਂ ਕਰਦਾ ਰਿਹਾ ਔਰ ਇਸ ਤਰ੍ਹਾਂ ਇਹ ਕੈਵਿਟੀ ਬਣਾ ਕੇ ਅਤੇ ਟਰੱਕ ਜਿਹੜਾ ਪੂਰਾ ਲਿਆ ਕੇ ਭਰ ਕੇ ਅਤੇ ਇੱਥੇ ਜਿਹੜਾ ਉਹ ਸਪਲਾਈ ਕਰਦਾ ਰਿਹਾ ਜਿਹੜੀ ਅੱਗੇ ਗਾਂ ਮਹਿੰਗੇ ਭਾਅ ਸ਼ਰਾਬ ਜਿਹੜੀ ਉਹ ਵੇਚਦੇ ਰਹੇ। ਇਹ ਜੀ ਇਹਨੇ ਹੁਣ ਤੱਕ ਜਿਹੜੇ ਇਲੈਕਸ਼ਨਾਂ ਦੇ ਦੌਰਾਨ ਹੀ ਆ ਕੋਈ 3-4 ਫੇਰੇ ਲਾਏ ਨੇ ਔਰ ਅੱਜ ਜਿਹੜਾ ਇਹਦਾ 4th-5th ਫੇਰਾ ਸੀ ਜਿਹੜੀ ਇਹ ਇਲੈਕਸ਼ਨਾਂ ਦੇ ਵਿੱਚ ਹੀ ਇਹ ਯੂਜ ਕੀਤੀ ਜਾ ਸਕਦੀ ਸੀ। ਇਹ ਸਰ ਵੱਖ ਵੱਖ ਬ੍ਰਾਂਡ ਦੀਆਂ ਕੋਈ ਟੋਟਲ 70 ਜੀ 70 ਪੇਟੀਆਂ ਸਨ ਜਿਹੜੀਆਂ ਕਿ ਮਹਿੰਗੀਆਂ। ਰੋਹਿਤ ਕੁਮਾਰ ਕੌਣ ਬੰਦਾ ਆ, ਠੇਕੇਦਾਰ ਕੀ ਕਰਦਾ? ਇਹ ਰੋਹਿਤ ਕੁਮਾਰ ਕੋਈ ਠੇਕੇਦਾਰ ਆ ਅੰਮ੍ਰਿਤਸਰ ਦੇ ਵਿੱਚ ਜਿਹਨੇ ਕੋਈ 1-2 ਠੇਕਾ ਜਾਂ ਇਸ ਤਰ੍ਹਾਂ ਹੋ ਸਕਦਾ ਲਿਆ ਹੋਵੇ, ਅਜੇ ਉਹ ਚੱਲ ਰਹੀ ਆ ਉਹਦੀ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਰੋਹਿਤ ਕੁਮਾਰ ਜਿਹੜਾ ਸ਼ਰਾਬ ਦਾ ਕੰਮ ਹੈ ਉਹ ਕੋਈ ਠੇਕੇਦਾਰ ਆ ਜਾਂ ਕੌਣ ਹੈ, ਜਸਟ ਅਜੇ ਪ੍ਰਲੀਮੀਨਰ ਸਟੇਜ ਆ।
ਇਹ ਦੇਖੋ ਅਜੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਪ੍ਰਿਲੀਮੀਨਰ ਸਟੇਜ ਆ, ਅਜੇ ਦੋਸ਼ੀ ਦੀ ਜਿਹੜੀ ਆ ਉਹ ਪੁੱਛਗਿੱਛ ਚੱਲ ਰਹੀ ਆ, ਔਰ ਉਹਨੇ ਕਾਫੀ ਵੱਡੇ ਖੁਲਾਸੇ ਕੀਤੇ ਵੀ ਆ ਤੇ ਕਰ ਵੀ ਰਿਹਾ, ਉਹ ਮੈਂ ਪ੍ਰੈਸ 'ਚ ਬਿਆਨ ਨਹੀਂ ਕਰ ਸਕਦਾ, ਔਰ ਕਿਉਂਕਿ ਫਿਰ ਉਹਨੂੰ ਅੱਜ ਪੇਸ਼ ਕਰਾਂਗੇ, ਅੱਜ ਮਾਨਯੋਗ ਕੋਰਟ 'ਚ ਪੇਸ਼ ਕਰਕੇ ਉਹਦਾ ਰਿਮਾਂਡ ਲਵਾਂਗੇ, ਅਤੇ ਇਹ ਮੈਂ ਕਹਿ ਸਕਦਾ ਦਾਅਵੇ ਨਾਲ ਕਿ ਇਹ ਅੰਮ੍ਰਿਤਸਰ ਸ਼ਹਿਰ ਔਰ ਨਾਲ ਲੱਗਦੇ ਜ਼ਿਲ੍ਹਿਆਂ ਦਾ ਇੱਕ ਸਭ ਤੋਂ ਵੱਡਾ ਨੈਟਵਰਕ ਸੀ, ਜਿਹੜਾ ਕਿ ਗੌਰਮੈਂਟ ਨੂੰ ਵੀ ਚੂਨਾ ਲਾਉਂਦੇ ਸੀ ਟੈਕਸ ਨਾ ਦੇ ਕੇ, ਔਰ ਇੱਕ ਮਹਿੰਗੀ ਸ਼ਰਾਬ ਲਿਆ ਕੇ ਅਤੇ ਇੱਥੇ ਸਸਤੇ ਭਾਅ 'ਤੇ ਲਿਆ ਕੇ, ਅਤੇ ਹੋ ਸਕਦਾ ਵੀ ਉਹ ਕੋਈ ਉਹਨੂੰ ਅਡਲਟਰੇਟਡ ਵੀ ਕਰਦੇ ਹੋਣ ਜਾਂ ਕੀ ਆ, ਕਿਉਂਕਿ ਇਹ ਸਾਰੀਆਂ ਇਨਵੈਸਟੀਗੇਸ਼ਨ ਨਾਲ ਰਿਲੇਟਡ ਚੀਜ਼।